ਇਹ ਜਿਹੜੀ ਸਕਰੀਨ ਦੇ ਉੱਤੇ ਆ ਇਸ ਟਾਈਮ ਇੱਕ ਜਾਲੀ ਦਿਖ ਰਹੀ ਆ ਇਹ ਜਾਲੀ ਆ ਆਪਾਂ ਜਦੋਂ ਤੂਫੀਨਾਂ ਨੂੰ ਜਾਣਦੇ ਆ ਤਾਂ ਰਾਸਤੇ ਵਿੱਚ ਆਉਂਦੀ ਹੈ ਇਹ ਤੇ ਕਿੱਥੇ ਆਉਂਦੀ ਹੈ ਇਹ ਦਾ ਆਪਾਂ ਅੱਗੇ ਚੱਲ ਕੇ ਜ਼ਿਕਰ ਕਰਾਂਗੇ ਤੇ ਪਹਿਲਾਂ ਤੁਸੀਂ ਦੇਖੋ ਇਹ ਜਾਲੀ ਦੇ ਉੱਤੇ ਕੀ ਕੁਝ ਲੋਕਾਂ ਵੱਲੋਂ ਲਾਇਆ ਗਿਆ ਖਾਸ ਤੌਰ ਤੇ ਇਹ ਲੋਕ ਲਾਏ ਗਏ ਨੇ ਇੱਥੇ ਜਿਹੜੇ ਹੁੰਦੇ ਨੇ ਜਿੰਦੇ ਤੇ ਇਹ ਇਹ ਲੋਕ ਨੇ ਜਿਹੜੇ ਇਹਨਾਂ ਨੂੰ ਲਾਬ ਲੌਕ ਕਹਿੰਦੇ ਆ ਤੇ ਇਹ ਆਪਾਂ ਕੈਨੇਡਾ ਵਿੱਚ ਕਈ ਥਾਵਾਂ 'ਤੇ ਦੇਖਿਆ ਜਿਵੇਂ ਆ ਤੁਸੀਂ ਇੱਥੇ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਤੇ ਲੌਕ ਤੋਂ ਬਿਨਾਂ ਇੱਥੇ ਸੀੜੀਆਂ ਜਾਂ ਹੋਰ ਕਈ ਟੋਪੀਆਂ ਵੀ ਕਾਫੀ ਕੁਝ ਹੋਰ ਵੀ ਲਾਇਆ ਹੋਇਆ ਐਂਡ ਕੌਣ ਕਾ ਕਾਫੀ ਕੁਝ ਲੋਕਾਂ ਨੇ ਇੱਥੇ ਲਾਇਆ ਹੋਇਆ ਤੇ ਇਹ ਜਾਲੀ ਪੂਰੀ ਭਰੀ ਪਈ ਆ ਤੇ ਇਹ ਲੋਕ ਵੱਖ-ਵੱਖ ਲੋਕ ਆਪਣੀ ਮਰਜ਼ੀ ਨਾਲ ਲਾ ਜਾਂਦੇ ਨੇ ਤੇ ਬਾਲਡ ਦੇ ਵਿੱਚ ਇਹ ਕਈ ਲੋਕੇਸ਼ਨਾਂ ਨੇ ਜਿੱਥੇ ਇਹ ਲੋਕ ਲਾਏ ਜਾਂਦੇ ਨੇ ਤੇ ਕੈਨੇਡਾ ਦੇ BC ਵਿੱਚ ਜਿੱਥੇ ਆਪਾਂ ਇਹ ਸਭ ਤੋਂ ਪਹਿਲਾਂ ਦੇਖੀਆਂ ਨੇ ਉਹਨਾਂ ਦਾ ਅੱਜ ਆਪਾਂ ਇਸ ਵੀਡੀਓ ਵਿੱਚ ਜ਼ਿਕਰ ਕਰ ਰਹੇ ਹਾਂ ਤੇ ਆਹ ਦੇਖੋ ਜਿਵੇਂ ਕੋਈ ਚੱਪਲਾਂ ਵੀ ਲਾ ਗਿਆ ਇਹਦੇ ਵਿੱਚ ਕੋਈ ਝੰਡਾ ਵੀ ਲਾਇਆ ਪਿਆ ਕਾਫੀ ਕੁਝ ਜਿਵੇਂ ਤੁਸੀਂ ਦੇਖ ਸਕਦੇ ਹੋ ਜਾਲੀ ਦੇ ਉੱਤੇ ਲੋਕਾਂ ਨੇ ਆਪਣੇ ਮਨਪਸੰਦ ਦੀਆਂ ਚੀਜ਼ਾਂ ਲਾਈਆਂ ਹੋਈਆਂ ਨੇ ਪਰ ਇਹ ਮੇਨ ਬਣੀ ਸੀਗੀ ਲੋਕ ਲਈ ਤੇ ਪਰ ਲੋਕ ਤੋਂ ਬਿਨਾ ਇਹਨਾਂ ਨੇ ਹੋਰ ਕਈ ਚੀਜ਼ਾਂ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਤੁਹਾਨੂੰ ਆ ਦਿਖਾਈ ਜਾਂਦੇ ਆ ਆ ਦੇਖੋ ਕਹੇ ਜਾ ਲੋਕ ਕੋਈ ਪੁਰਾਣਾ ਕੋਈ ਨਵਾਂ ਆ ਦੇਖੋ ਬਹੁਤ ਵੱਖ-ਵੱਖ ਤਰ੍ਹਾਂ ਦੇ ਇਹ ਲੋਕ ਇਹਨਾਂ ਲੋਕਾਂ ਦੇ ਉੱਤੇ ਨਾਂ ਵੀ ਲਿਖੇ ਹੁੰਦੇ ਨੇ ਤੇ ਜਿਵੇਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਇਹਨਾਂ ਨੂੰ ਲਾਵ ਲੋਕ ਕਹਿੰਦੇ ਨੇ ਤੇ ਬੱਲ ਦੇ ਵਿੱਚ ਇਹ ਕਾਫੀ ਲੋਕੇਸ਼ਨਾਂ ਨੇ ਜਿੱਥੇ ਕਿ ਇਹ ਲੋਕ ਲਾਏ ਜਾਂਦੇ ਨੇ ਇੱਕ ਫੈਂਸ ਦੇ ਉੱਤੇ ਲਾਏ ਜਾਂਦੇ ਨੇ ਹਾਸਲ ਚ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਇਹ ਤੋਂ ਬਿਨਾਂ ਆਪਾਂ ਹੋਰ ਵੀ ਜਿਹੜੇ ਦੇਖੇ ਨੇ ਜਿੱਥੇ ਉਹ ਵੀ ਦਿਖਾਵਾਂਗੇ ਨਾਲ-ਨਾਲ ਇਹ ਇੱਕ ਰਿਵਰ ਦਾ ਕਿਨਾਰਾ ਤੇ ਹੁਣ ਆਪਾਂ ਤੁਹਾਨੂੰ ਦੂਸਰੀ ਲੋਕੇਸ਼ਨ ਤੇ ਲੈ ਕੇ ਚੱਲਦੇ ਹਾਂ ਜਿੱਥੇ ਇਹ ਲੋਕ ਆਪਣੇ ਦੇਖਿਆ ਇਹ ਜਿਹੜੀ ਲੋਕੇਸ਼ਨ ਆ ਇਹ ਹੈਗੀ ਆ ਕਿ ਬੈਂਕੂਵਰ ਨਾਰਥ ਬੈਂਕੂਵਰ ਦੀ ਸਾਈਡ ਤੇ ਆ ਇਹ ਜਦੋਂ ਆਪਾਂ ਕੈਨੇਡਾ ਪਲੇਸ ਤੋਂ ਨਾਰਥ ਬੈਂਕੂਵਰ ਨੂੰ ਜਿਹੜੀ ਪਾਣੀ ਵਾਲੀ ਉਹ ਇਹਨਾਂ ਦੀ ਸੀ ਬਸ ਉਹਦੇ ਨਾਲ ਹੀ ਜਾਣਦੇ ਆ ਤਾਂ ਇਹ ਉੱਥੇ ਆਉਂਦੀ ਹੈ ਤੇ ਆਪਾਂ ਅੱਜ ਇਸ ਲੋਕੇਸ਼ਨ ਤੇ ਵੀ ਦੇਖਾਂਗੇ ਉਹ ਲੋਕ ਲੱਗੇ ਹੋਏ ਤੇ ਆਪਾਂ ਇੱਥੇ ਦੀਆਂ ਦੋ ਵੀਡੀਓ ਨੇ ਆਪਣੇ ਕੋਲੇ ਬਣਾਈਆਂ ਹੋਈਆਂ ਇੱਕ ਉਹ ਜਿੱਥੇ ਜਦੋਂ ਲੋਕ ਘੱਟ ਸੀਗੇ ਉਦੋਂ ਇੱਕ ਉਹ ਜਦੋਂ ਇੱਥੇ ਲੋਕ ਕਾਫੀ ਜ਼ਿਆਦੇ ਇਹ ਵੱਧ ਗਏ ਤਾਂ ਜਿਹੜੀ ਪਹਿਲੀ ਆ ਇਹਦੇ ਉੱਤੇ ਇਹ ਜ਼ਿਆਦੇ ਸਾਨੂੰ ਲੋਕ ਦੇਖਣਗੇ ਜਾਲੀਆਂ ਉੱਤੇ ਆ ਦੇਖੋ ਆ ਜਿਹੜੀ ਫੈਂਸ ਲੱਗੀ ਹੋਈ ਹੈ ਨਾ ਇਹਦੇ ਉੱਤੇ ਆ ਲੋਕ ਲੱਗੇ ਹੋਏ ਨੇ ਆ ਦੇਖੋ ਇੱਥੋਂ ਅੱਡ-ਅੱਡ ਤਰ੍ਹਾਂ ਦੇ ਲੋਕ ਨੇ ਇਹ ਬਹੁਤ ਜਿਆਦੇ ਆ ਦੇ ਕਿੰਨੇ ਜਿਆਦੇ ਨੇ ਕੋਈ ਲਾਲ, ਨੀਲਾ, ਪੀਲਾ, ਹਰਾ ਨਾ ਤਾਂ ਕੋਈ ਰੰਗ ਛੱਡਿਆ ਨਾ ਕੋਈ ਸਾਈਜ਼ ਆ ਸਾਈਜ਼ ਛੱਡਿਆ ਸਾਰੇ ਸਾਈਜ਼ ਦੇ ਇੱਥੇ ਇਹ ਲੋਕ ਮਿਲ ਜਾਂਦੇ ਨੇ ਜਿਵੇਂ ਆ ਤੁਸੀਂ ਇਸ ਟਾਈਮ ਦੇਖੀ ਜਾਂਦੇ ਹੋ ਤੇ ਇਹ ਜਾਨੀ ਇੱਕ ਐ ਕਹ ਲਓ ਵੀ ਪੂਰੀ ਦੁਕਾਨ ਦੁਕਾਨ ਤੋਂ ਵੀ ਜ਼ਿਆਦੇ ਲੋਕ ਇੱਥੇ ਲੱਗੇ ਹੁੰਦੇ ਨੇ ਜਿਹੜੇ ਕਿ ਆਪਾਂ ਇਸ ਟਾਈਮ ਇੱਥੇ ਵੀਡੀਓ ਵਿੱਚ ਤੁਹਾਨੂੰ ਦਿਖਾਈ ਜਾਂਦੇ ਆ ਤੇ ਲੋਕ ਇੱਥੇ ਆਉਂਦੇ ਨੇ ਤੇ ਦੇਖਦੇ ਨੇ ਬਾਕੀ ਜਿਹੜੇ ਲੋਕ ਇੱਥੇ ਲੋਕ ਲਾ ਕੇ ਜਾਂਦੇ ਨੇ ਉਹ ਵੀ ਇਹ ਲੋਕ ਨੇ ਜਿਹੜੇ ਸਪੈਸ਼ਲ ਹੁੰਦੇ ਨੇ ਇਹਨਾਂ ਦੇ ਉੱਤੇ ਕਈਆਂ ਤੇ ਨਾਂ ਲਿਖੇ ਹੁੰਦੇ ਨੇ ਜਿਵੇਂ ਸਾਈ ਨਾਲ ਆ ਦੇਖੋ ਇਧਰ ਬੈਂਕਓਵਰ ਦਾ ਕੈਨੇਡਾ ਪਲੇਸ ਹਾਲ ਦਾ ਨਜ਼ਾਰਾ ਤੇ ਉਹ ਬੱਸ ਤੇ ਇਹ ਜਿਹੜੇ ਲੋਕ ਹੁੰਦੇ ਨੇ ਇਹਨਾਂ ਤੇ ਨਾਂ ਲਿਖੇ ਵੀ ਜਾਂਦੇ ਨੇ ਕਈ ਰੰਗਾਂ ਨਾਲ ਲਿਖੇ ਹੁੰਦੇ ਨੇ ਜਾਂ ਕਈ ਉਤੇ ਖੁਰਦੇ ਹੁੰਦੇ ਨੇ ਪੱਕੇ ਇਹ ਕਾਫੀ ਮਹਿੰਗੇ ਮਿਲਦੇ ਨੇ ਸਪੈਸ਼ਲ ਇਹ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਲੋਕ ਬਣਵਾਏ ਜਾਂਦੇ ਨੇ ਤੇ ਜਿਨ੍ਹਾਂ ਦੇ ਉੱਤੇ ਨਾਂ ਲਿਖੇ ਹੁੰਦੇ ਨੇ ਖਾਸ ਤੌਰ ਤੇ ਜਦੋਂ ਕਿਸੇ ਦੀ ਮੈਰਿਜ ਹੁੰਦੀ ਹੈ ਉਸ ਤੋਂ ਬਾਅਦ ਉਹ ਇਹ ਲੋਕ ਇੱਥੇ ਲਾ ਜਾਂਦੇ ਨੇ ਤੇ ਕਾਫੀ ਮਾਤਰਾ ਵੱਡੀ ਮਾਤਰਾ ਦੇ ਵਿੱਚ ਇੱਥੇ ਲੋਕ ਨੇ ਤੇ ਨਾਲ ਆ ਇਹਦੀ ਇਨਫੋਰਮੇਸ਼ਨ ਜਿਹੜੇ ਇਹ ਇੱਥੇ ਜਹਾਜ਼ ਨੇ ਉਹਨਾਂ ਬਾਰੇ ਤੇ ਆਹ ਜਿਵੇਂ ਲੋਕ ਦੇਖੋ ਇੱਥੇ ਲੋਕ ਫੋਟੋ ਸੈਸ਼ਨ ਚੱਲ ਰਿਹਾ ਪੂਰਾ ਜੁੜਾ ਸੁਰਾ ਤੇ ਤੇ ਆਹ ਲੋਕ ਦੇਖੋ ਦੂਰੋਂ ਇਸ ਤਰ੍ਹਾਂ ਦੀ ਦੀ ਇਹ ਜਾਲੀ ਭਰੀ ਪਈ ਆ ਤੇ ਕਿੰਨੇ ਤਰ੍ਹਾਂ ਦੇ ਲੋਕ ਨੇ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਦੇਖ ਹੀ ਸਕਦੇ ਹੋ ਵੀ ਇਹ ਕਿੱਡੀ ਮੇਲਾ ਲੋਕ ਨੇ ਆਜਿਵੇਂ ਆਪਾਂ ਇੱਥੇ ਅਸਟਾਮ ਵੀਡੀਓ ਵਿੱਚ ਵੀ ਦੇਖ ਰਿਹਾ ਤੇ ਅੱਗੇ ਚੱਲਦੇ ਆ ਅੱਗੇ ਚੱਲ ਕੇ ਇਹ ਹੋਰ ਦੇਖਦੇ ਆ ਇੱਥੇ ਆਹ ਦੇਖੋ ਕਿੰਨੇ ਰੰਗ ਬਰੰਗੇ ਸੋਹਣੇ ਤੇ ਵੱਡੇ ਛੋਟੇ ਤੇ ਆਹ ਦੇਖੋ ਪੁਰਾਣੇ ਸਾਰੇ ਤਰ੍ਹਾਂ ਦੇ ਇਹ ਜਿਹੜੇ ਹੈਗੇ ਨੇ ਲੋਕ ਆਹ ਦੇਖੋ ਕੋਈ ਥਾਂ ਛੱਡੀ ਨਹੀਂ ਹੈਗੀ ਜਿੱਥੇ ਲੋਕ ਨਾ ਲਾਏ ਹੋਣ ਤੇ ਇਧਰਲੀ ਸਾਈਡ ਦੇ ਉੱਤੇ ਜਿਵੇਂ ਉਈ ਸਾਰਾ ਟੱਬਰੀ ਲੋਕ ਲਾਗਿਆ ਹੁੰਦਾ ਆ ਦੇਖੋ ਕਿੰਨੇ ਲੋਕ ਨੇ ਇਹ ਇਕੱਠੇ ਆ ਨਾਂ ਲਿਖਿਆ ਆਪਣੇ ਆਪਣੇ ਦਾ ਨਾਂ ਲਿਖਿਆ ਹੋਇਆ ਸੀ ਪੰਜਾਬੀ ਪੰਜਾਬੀ ਲੋਕ ਵੀ ਇਹੇ ਦੇਖੋ ਦੇਖੀ ਲਾਉਣ ਲੱਗੇ ਇਹ ਜਿਹੜੇ ਹੈਗੇ ਨੇ ਲੋਕ ਆ ਇਹ ਸਾਰੇ ਆਪਣੇ ਲੋਕਾਂ ਦੇ ਨੇ ਆ ਸਾਰੇ ਤੁਸੀਂ ਆਪਣੇ ਆਪ ਇੱਥੇ ਪੜ੍ਹ ਸਕਦੇ ਹੋ ਆਪਣੇ ਲੋਕਾਂ ਦੇ ਨਾਂ ਜਿਹੜੇ ਇੱਥੇ ਲਾਏ ਹੋਏ ਨੇ ਤੇ ਬਾਕੀ ਆ ਦੇਖੋ ਕਿੰਨੇ ਕਿੰਨੇ ਆਹ ਜਿਹੜਾ ਤੇਰੇ ਨਾਲ ਦੇਖਦਾ ਸੀ ਉਹ ਕਿੰਨੇ ਨੇ ਬਹੁਤ ਜ਼ਿਆਦਾ ਤੇ ਇਹ ਸਾਰੀ ਜਾਲੀ ਇੰਨਾ ਚ ਚ ਤਿੰਨਾ ਤਿੰਨਾ ਪਾਸਿਓਂ ਤੋਂ ਇੰਨਾ ਲੋਕਾਂ ਨਾਲ ਭਰੀ ਪਈ ਆ ਜਦੋਂ ਆਪਾਂ ਪਹਿਲੀ ਵਾਰ ਆਏ ਸੀਗੇ ਉਦੋਂ ਘੱਟ ਸੀ ਇਹ ਤੇ ਹੁਣ ਆਹ ਜਿਹੜੀ ਆ ਦੀ ਆ ਜਦੋਂ ਆਪਾਂ ਪਹਿਲੀ ਵਾਰ ਆਏ ਸੀਗੇ ਉਦੋਂ ਦੀ ਵੀਡੀਓ ਹੈ ਜਿਹੜੀ ਆ ਹੁਣ ਤੁਸੀਂ ਦੇਖਦੇ ਹੋ ਉਦੋਂ ਘੱਟ ਸੀਗੇ ਇਹ ਥੋੜੇ ਥਾਂ ਤੇ ਸੀ ਇਹ ਪਰ ਹੈਗੀ ਇਹ ਸੇਮ ਲੋਕੇਸ਼ਨ ਹੀ ਉੱਥੇ ਬੈਂਕਓਵਰ ਦੇ ਨਾਰਥ ਸਾਈਡ ਵਾਲੀ ਸਾਈਡ ਜਿਹੜੀ ਬਸ ਉੱਥੇ ਆ ਉਦੋਂ ਇਹ ਇਹ ਜਿਹੜੇ ਲੱਗੇ ਹੋਏ ਨੇ ਆਹਾ ਦਿਖੀ ਜਾਂਦੇ ਕੋਈ ਇੰਨੀ ਪ੍ਰੋਪਰ ਬਣੀ ਵੀ ਨਹੀਂ ਹੋਈ ਇਹ ਘਰ ਮੈਂ ਉਦੋਂ ਕਾਲੀ ਕਾਲੀ ਚ ਬਣਾਈ ਹੋਈ ਆ ਤੇ ਪਰ ਹੈਗੀ ਇਹ ਉਹੀ ਥਾਂ ਉਹੀ ਲੋਕੇਸ਼ਨ ਹੈ ਸੇਮ ਟੂ ਸੇਮ ਜਿਹੜੀ ਕਿ ਆਪਾਂ ਪਹਿਲਾਂ ਐਡੂ ਪਹਿਲਾਂ ਦੇਖੀ ਸੀਗੀ ਤੇ ਇਹ ਜਾਨੀ ਉਦੋਂ ਤੋਂ ਸਾਲ ਦੇਨ ਸਾਲ ਦੇ ਸਾਲ ਨਹੀਂ 3-4 ਸਾਲ ਪੁਰਾਣੀ ਹੋਣੀ ਹੈ ਤੇ ਆ ਦੇਖੋ ਕਿੰਨੇ ਲਾ ਕੋ ਇਹਨਾਂ ਨੇ ਲੰਬਾ ਆ ਕਿੰਨਾ ਲੰਮਾ ਲਾ ਕੋ ਆ डिफरेंट ਤਰ੍ਹਾਂ ਦੇ ਕਿੰਨੇ ਬਹੁਤ ਜਿਆਦਾ ਤਰ੍ਹਾਂ ਦੇ ਨੇ ਬਾਕੀ ਤੁਸੀਂ ਦੇਖੀਏ ਆਪਣੇ ਆਪ ਇੱਥੇ ਜਿਹੜਾ ਸਕਰੀਨ ਤੇ ਆ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਫੋਟੋਆਂ ਦਿਖਾਉਣੇ ਆ ਆ ਜਿਹੜੀ ਪਹਿਲੀ ਫੋਟੋ ਹੈ ਇਹ ਉਹੀ ਹੈ ਜਦੋਂ ਆਪਾਂ ਆ ਪਹਿਲੀ ਅਗਲੀ ਫੋਟੋ ਵੀ ਆਹਾ ਜਦੋਂ ਆਪਾਂ ਤਪੀ ਨੋਨੂ ਜਾਨੇ ਤਾਂ ਰਸਤੇ ਵਿੱਚ ਇੱਕ ਦਰਿਆ ਆਉਂਦਾ ਇਹ ਦਰਿਆ ਦੇ ਉੱਤੇ ਇਹ ਜਾਲੀ ਲੱਗੀ ਹੋਈ ਆ ਜਿਹੜੀ ਆ ਇਹਦੀਆਂ ਸਾਰੀਆਂ ਪ੍ਰਾਣੀਆਂ ਰਮੀਆਂ ਆਪਾਂ ਫੋਟੋਆਂ ਇਹਦੇ ਵਿੱਚ ਸ਼ਾਮਲ ਕੀਤੀਆਂ ਨੇ ਤੇ ਇਹਦੀ ਅਸਲੀ ਲੋਕੇਸ਼ਨ ਆ ਸੀਗੀ ਆ ਜਿਹੜਾ ਪਾਰਕ ਆ ਇਹ ਪਾਰਕ ਦੇ ਵਿੱਚ ਆ ਇਹ ਤੇ ਇੱਥੇ ਜਿੱਥੇ ਆ ਰੈੱਡ ਜੇ ਕਲਰ ਸੀ ਆ ਇਹ ਵੀ ਉਹਦੀ ਫੋਟੋ ਆ ਜਿਹੜੀ ਆ ਤੁਸੀਂ ਇਸ ਟਾਈਮ ਦੇਖੀ ਜਾਂਦੇ ਹੋ ਤੇ ਤੋਂ ਬਾਅਦ ਜਿਹੜੀ ਇਹ ਇਹ ਜਾਲੀ ਜਦੋਂ ਸਟਾਰਟ ਸਟਾਰਟਿੰਗ ਤੇ ਲਾਈ ਸੀ ਉਹਦੋਂ ਦੀ ਫੋਟੋ ਆ ਤੇ ਜਿਹੜੇ ਆਹ ਇਹ ਉਹ ਬੈਨਕੂਵਰ ਵਾਲੀ ਫੋਟੋ ਆ ਉਹ ਆਪਾਂ ਫੋਟੋ ਖਿੱਚ ਕੇ ਲਾਈ ਆ ਤੇ ਆ ਵੀ ਉਥੋਂ ਦੀ ਜੀ ਬੈਨਕੂਵਰ ਨਾਰਥ ਬੈਨਕੂਵਰ ਵਾਲੀ ਤੇ ਅਗਲੀ ਵੀ ਉਥੋਂ ਦੀ ਆਉਗੀ ਫੋਟੋ ਜਿਹੜੀ ਆਪਾਂ ਨੂੰ ਸੋਹਣੀ ਲੱਗੀਆਂ ਉਹ ਆਪਾਂ ਇਹਦੇ ਵਿੱਚ ਲਾ ਦਿਆਂ ਤੇ ਤੋਂ ਬਿਨਾ ਜਿਹੜੀ ਆਹ ਫੋਟੋ ਆ ਇਹ ਹੈਗੀ ਆ ਫਰਾਂਸ ਦੀ ਫਰਾਂਸ ਦੇ ਵਿੱਚ ਦੇਖੋ ਕਿੰਨੀ ਜਿਆਦੇ ਪੱਦਰ ਤੇ ਲਾਏ ਹੋਏ ਨੇ ਆਹ ਦੇਖੋ ਕਿੰਨੇ ਲੋਕ ਨੇ ਨੇਰੀ ਲਿਆਂਦੀ ਪਈ ਆ ਤੇ ਇੰਨੀ ਇੰਨੇ ਭਾਰੇ ਆ ਇਹ ਇੱਥੇ ਦੇਖੋ ਕਿੰਨੇ ਨੇ ਇਹ ਬਹੁਤ ਜਿਆਦੇ ਤੇ ਇੱਥੇ ਇਹ ਡਿਗ ਵੀ ਪਈ ਭਾਰ ਨਾਲ ਇੰਨਾ ਜਿਆਦਾ ਭਾਰ ਹੋ ਗਿਆ ਤੇ ਇਹ ਡਿਗ ਪਈ ਤੇ ਇਧਰਲੀ ਸਾਈਡ ਦੇ ਉੱਤੇ ਦੇਖੋ ਕਿੰਨੇ ਲਾਗਨੇ ਹੋਰ ਕੁੰਨੇ ਜਿਆਦਾ ਵੱਡੀ ਮਾਤਰਾ ਚ ਨੇ ਤੇ ਆਹ ਦੇ ਬਹੁਤ ਜਿਆਦੇ ਸੋਹਣੀਆਂ ਤੇ ਇਹਦੀ ਇਨਫੋਰਮੇਸ਼ਨ ਜਿੱਥੋਂ ਇਹ ਮਿਲੇ ਸ਼ੁਰੂਆਤ ਹੋਈ ਉਹ ਇਹ ਆ ਆਪਾਂ ਇੱਥੇ ਉਹਦੀ ਫੋਟੋ ਖਿੱਚ ਕੇ ਪਾਤੀ ਇਹ ਵੀ ਤੁਸੀਂ ਪੜ ਲਿਓ ਧੰਨਵਾਦ